संदेश प्रभु आप बसते हैं और एक गुण गाने प्रभु उनकी याद विच प्रार्थना नाम स्मरण वाणी का अभ्यास नाम सिमरन का अभ्यास अते गुरमुख प्यारियां दी रचनावां विचों गुरु शोभा पढ़ के गा के सुन के गुरु का आनंद मानना यही जीवन का मनोरथ है क्योंकि गुण गाद्या गाद्या प्रभु की शोभा सुनदिया सुनदिया मन च चाओ उपजद मन उस स्थान ते पहुंच जाता है लगता है जिस तरह रूप वो सामने ही सब कुछ वर्त रहा हो जिस समय जगत हनेरा ही हनेरा हो गया सी दुखा कलेशा के नाल भर गया सी संसार पृथ्वी भी लोप पई सी इन्ने पाप हो रहे हैं तो उस वक्त गुरु नानक देव जी ने आप कृपा करके मेहर करके दर्श करके जीवन का उद्धार करने लिए पारब्रह्म परमेश्वर ने अपना रूप गुरु नानक के रूप च लेके आए सन सब पीरां पैगंबरां ने मना करता सी कि असीं एडे कलयुग तत्ते विच नहीं आना दुख ही दुख कलेश ही कलेश औरंगजेब दा राज सी उस तों पहले बाबर दा राज सी आपां बाबर वाणी पढ़ने आ कहिंदे कि जदों कतलिया होई सी ना लखां लोकां नूं इक वारी कतल कर दित्ता सी ਪਿੰਡ ਵਾਲੀ ਉਹਨੂੰ ਆਪਣੀ ਜਗ੍ਹਾ ਬਦਲਦੀ ਪਈ ਸੀ ਟੈਂਟ ਜਿੱਥੇ ਬੈਠਾ ਸੀ ਨਾ ਸਾਹਮਣੇ ਕਤਲਿਆਮ ਹੋ ਰਿਹਾ ਸੀ ਤੇ ਕਿਹਨੂੰ ਉਹਨੇ ਆਪਣੀ ਜੋ ਆਪਣਾ ਕੁਰਸੀ ਸੀ ਪਹਿਲੇ ਤੱਕ ਲੈ ਕੇ ਗਿਆ ਕੂਨੋ ਕੂਨ ਹੋ ਗਿਆ ਸੀ ਪਾਪ ਹੀ ਪਾਪ ਪਾਪ ਗ੍ਰਸੀ ਪ੍ਰਿਥਵੀ ਪਾਪ ਹੀ ਪਾਪ ਹੋ ਰਹੇ ਸੀ ਬੰਦੇ ਇਨਸਾਨ ਬੁਰੀਆਂ ਗਾਜਰ ਦੀ ਤਰ੍ਹਾਂ ਕੱਟਦੇ ਜਾ ਰਹੇ ਸਨ ਕੱਟੇ ਜਾ ਰਹੇ ਸਨ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਆਕੇ ਜਗਤ ਵਿੱਚ ਨਾਮ ਦਾ ਛਿੜਕਾ ਦੇ ਕੇ ਠੰਡ ਵਰਤਾਈ ਮੂਲ ਮੰਤਰ ਤੋਂ ਲੈ ਕੇ ਆਏ ਅਕਾਲ ਪੁਰਖ ਕੋਲੋਂ ਉਹ ਜਪਣ ਦੀ ਪ੍ਰੇਰਨਾ ਕੀਤੀ ਜਿੱਥੇ ਵੀ ਬਾਬਾ ਨਾਨਕ ਗਏ ਉੱਥੇ ਉਹਨਾਂ ਨੇ ਇੱਕੋ ਹੀ ਵਚਨ ਕੀਤਾ ਕਿ ਧਰਮਸ਼ਾਲਾ ਬਣਾਓ ਸਵੇਰੇ ਸ਼ਾਮ ਜੁੜੋ ਮੂਲ ਮੰਤਰ ਦੀ ਆਰਾਧਨਾ ਕਰੋ ਜਪੋ ਬਾਣੀ ਦਾ ਅਭਿਆਸ ਕਰੋ ਅਤੇ ਆਏ ਗਏ ਦੀ ਸੇਵਾ ਕਰੋ ਲੋੜਵੰਦ ਦੀ ਸਹਾਇਤਾ ਕਰੋ ਇਹ ਉਪਦੇਸ਼ ਦੇ ਕੇ ਬਾਬਾ ਜੀ ਅੱਗੇ ਅੱਗੇ ਚੱਲਦੇ ਗਏ ਦੀਨ ਦੁਨੀਆ ਨੂੰ ਠਾਰਦੇ ਗਏ ਅਤੇ ਨਾਮ ਦਾ ਛਿੱਟਾ ਦਿੰਦੇ ਉਹਨਾਂ ਦੇ ਰਚਨਾਵਾਂ ਨੂੰ ਉਹਨਾਂ ਦੇ ਕੀਤੇ ਹੋਏ ਗਤਬਾਂ ਨੂੰ ਉਹਨਾਂ ਦੇ ਕੀਤੇ ਹੋਏ ਪੋਤਕਾਂ ਨੂੰ ਅੱਗੋਂ ਤੱਕ ਸੀਨਾ ਪਸੀਨਾ ਪਹੁੰਚਾਉਣ ਲਈ ਫਿਰ ਆਪ ਗੁਰੂ ਨਾਨਕ ਨੇ ਹੀ ਪ੍ਰਚਾਰਕ ਅਤੇ ਵਿਦਵਾਨ ਲੇਖਕ ਬਣਾਏ ਉਹਨਾਂ ਚ ਇੱਕ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹਨਾਂ ਆਪਾਂ ਲੇਖਕ ਤਾਂ ਨਹੀਂ ਕਹਿ ਸਕਦੇ ਸਿਰਫ ਪਰ ਜੋ ਉਹਨਾਂ ਨੇ ਲਿਖ ਕੇ ਸੇਵਾ ਕੀਤੀ ਗੁਰੂ ਪੰਥ ਦੀ ਉਹ ਕੋਈ ਮਿਟਾ ਨਹੀਂ ਸਕੇਗਾ ਅੱਜ ਵੱਡੇ ਵੱਡੇ ਵਿਦਵਾਨ ਕਥਾ ਵਾਚਕ ਉਹਨਾਂ ਦੀਆਂ ਰਚਨਾਵਾਂ ਨੂੰ ਪੜ੍ਹ ਕੇ ਅੱਗੋਂ ਸੰਗਤਾਂ ਨੂੰ ਨਿਹਾਲ ਕਰਦੇ ਹਨ ਐਸੀ ਲੇਖਣੀ ਆਪਾਂ ਸਭ ਪੁਰਾਣੇ ਬੈਠੇ ਹੋਏ ਹਾਂ ਪਤਾ ਕਿ ਕਿਵੇਂ ਉਹਨਾਂ ਦੇ ਅੱਗੇ ਪਿਕਚਰ ਚੱਲਦੀ ਸੀ ਤਾਂ ਲਿਖਦੇ ਸਨ ਵੀਹ ਵੀਹ ਪੱਚੀ ਪੱਚੀ ਤੀਹ ਤੀਹ ਚਾਰ ਚਾਲ ਪੰਨਿਆਂ ਦਾ ਇੱਕ ਇੱਕ ਲੇਖ ਪੜ੍ਹਨਾ ਵੀ ਔਖਾ ਤੇ ਲਿਖਣਾ ਕਿੰਨਾ ਔਖਾ ਹੋਏਗਾ ਪਰ ਇੱਕ ਇੱਕ ਸਿਟਿੰਗ ਵਿੱਚ ਵੀ ਪਹਿਲਾਂ ਉਹਨਾਂ ਨੇ ਉਤਾਰੀ ਕਹਿੰਦੇ ਕਿ ਉਹਨਾਂ ਦੇ ਬੈਠੇ ਬੈਠੇ ਪੈਰ ਸੁੱਜ ਜਾਂਦੇ ਸਨ ਪਰ ਕਲਮ ਲਗਾਤਾਰ ਚੱਲਦੀ ਰਹਿੰਦੀ ਸੀ ਸੋ ਉਹਨਾਂ ਦੇ ਵਿੱਚੋਂ ਹੀ ਅੱਜ ਆਪਾਂ ਇੱਕ ਪ੍ਰਸੰਗ ਲਾਂਗੇ ਇਹ ਕਲਗੀਧਰ ਪਾਠ ਨੂੰ ਉਤਰਾਤ ਵਿੱਚੋਂ ਗਈ ਬਹੁੜ 66 ਨੰਬਰ ਪਾਠ ਹੈ ਪੂਰਾ ਅਸੀਂ ਇੱਥੇ ਨਹੀਂ ਬੋਲ ਪਾਵਾਂਗੇ ਬਾਕੀ ਘਰ ਜਾ ਕੇ ਜ਼ਰੂਰ ਸਾਰੇ ਪੜ੍ਹੋ ਇਹ ਕਿਤਾਬਾਂ ਖਰੀਦੋ ਲਵੋ ਪੜ੍ਹੋ ਕਿਉਂਕਿ ਸਾਡੇ ਗਿਆਨ ਹੈ ਨਹੀਂ ਅਸਲੀ ਗਿਆਨ ਹੈ ਨਹੀਂ ਇਹਨਾਂ ਵਿੱਚੋਂ ਹੀ ਸਾਨੂੰ ਗੁਰ ਇਤਿਹਾਸ ਪਤਾ ਚੱਲੇਗਾ ਗੁਰੂ ਪ੍ਰੇਮ ਕਿਵੇਂ ਕਰਨਾ ਉਹ ਪਤਾ ਚੱਲੇਗਾ ਔਰ ਉਹਦੇ ਨਾਲ ਵੀ ਇਹ ਤੱਕ ਅੱਗੋਂ ਵੀ ਆਪਾਂ ਨੂੰ ਪਤਾ ਨਾਲ ਜਾਣਾ ਤੇ ਗੁਰੂ ਪ੍ਰੇਮ ਹੀ ਜਾਣਾ ਸਾਡੇ ਕੀਤੇ ਹੋਏ ਕਰਮ ਜਾਣੇ ਨੇ ਬਾਕੀ ਤਾਂ ਸਾਰੀ ਦੁਨੀਆਂ ਦੀਆਂ ਚੀਜ਼ਾਂ ਉੱਥੇ ਰਹਿ ਗਈਆਂ ਨੇ ਖਾਲੀ ਪਾਓ ਦੇਖ ਚੱਲੇ ਜਿਨ ਕੇ ਰਾਤ ਕਰੋ ਸਭ ਨੇ ਖਾਲੀ ਪੈ ਹੀ ਜਾਣਾ ਵੀ ਨੰਗੇ ਪੈ ਜਾਣਾ ਜੁਰਾਬਾਂ ਵੀ ਨਾਲ ਹੀ ਜਾਣੀਆਂ ਖਾਲੀ ਹੱਥ ਖਾਲੀ ਪੈਰ ਸੋ ਆਓ ਗਈ ਬਹੋੜ ਧੰਨ ਧੰਨ ਪਿਲਗੀਆਂ ਵਾਲੇ ਦੁਸ਼ਟ ਦਮਨ ਦੁਸ਼ਟਾਂ ਦਾ ਨਾਸ ਕਰਨ ਵਾਲੇ ਤੇ ਦੀਨ ਰੱਖੇ ਗਰੀਬਾਂ ਦੇ ਨਿਵਾਜ ਗਰੀਬ ਨਿਵਾਜ ਕਿਵੇਂ ਗਰੀਬਾਂ ਦੀ ਬਾਹ ਫੜਦੇ ਨੇ ਕਿਵੇਂ ਨਿਮਾਨੀਆਂ ਦੀ ਨਿਤਾਨੀਆਂ ਦੀ ਦੀਨਾਂ ਦੀ ਬਾਹ ਫੜਦੇ ਨੇ ਅੱਜ ਇਸ ਪ੍ਰਸੰਗ ਦੇ ਵਿੱਚ ਆਪਾਂ ਇਹਨੂੰ ਯਾਦ ਕਰਾਂਗੇ ਗਈ ਬਹੋੜ ਦਵਿਜ ਨਾਰੀ ਛੁਡਾਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਦਿਨ ਦੀਵਾਨ ਵਿੱਚ ਬੈਠੇ ਸਨ ਕਿ ਦੂਰ ਤੋਂ ਕੋਈ ਦੁੱਖ ਦੀ ਚੀਨੀ ਬਾਣ ਆਈ ਕੰਨੀ ਦੁੱਖ ਦੀ ਸੋ ਪੈਂਦਿਆਂ ਸਾਧ ਦੁੱਖ ਸੁਣਨ ਵਾਲੇ ਦੇ ਕੰਨ
ਉਧਰ ਲੱਗ ਗਈ। ਆਵਾਜ਼ ਦੂਰ ਦੀ ਸੀ, ਚੌਕੀਦਾਰ ਨੂੰ ਬੁਲਾਇਆ ਗਿਆ ਤੇ ਹੁਕਮ ਹੋਇਆ, ਪਤਾ ਲਿਆ ਕੌਣ ਹੈ। ਉਸਨੇ ਆ ਕੇ ਅਰਜ਼ ਕੀਤੀ, ਪਾਤਸ਼ਾਹ ਇੱਕ ਦੁਖੀ ਬ੍ਰਾਹਮਣ ਹੈ ਤੇ ਦੁੱਖ ਨਾਲ ਕੁਰਲਾ ਰਿਹਾ ਹੈ, ਹੁਕਮ ਹੋਇਆ ਇੱਥੇ ਅਸਾਂ ਦੇ ਪਾਸ ਲੈ ਆਓ। ਬ੍ਰਾਹਮਣ ਹਾਜ਼ਰ ਕੀਤਾ ਗਿਆ। ਦਾਤਾ ਜੀ ਦੇ ਰਸੀਲੇ ਨੈਣਾ ਨੇ ਮੇਰ ਨਜ਼ਰ ਪਾਈ ਤੇ ਪੁੱਛਿਆ, ਹੇ ਦੁਖੀ ਦਵਿਚ ਕੀ ਪੀੜਾ ਹੈ। ਬ੍ਰਾਹਮਣ, ਹੇ ਪ੍ਰਭੂ, ਹਿੰਦੂ ਧਰਮ ਦੀ ਤੁਜਾ, ਦੀਨ ਦਿਆਲ, ਦੀਰਘਵਰ ਪੂਜਾ, ਸਭ ਬਲ ਤੇ ਪੈ ਹੋਏ ਨਿਰਾਸੀ, ਫਿਰ ਆਇਓ ਰਾਵਰ ਕੇ ਪਾਸੀ, ਅਤੇ ਨਿਆਇ ਮੋਹੇ ਸੰਕੀਨਾ, ਦੁਸ਼ਟ ਪਠਾਨ ਗਰਭ ਦੁਖ ਦੀਨਾ, ਪੁਰ ਹੁਸ਼ਿਆਰ ਨਿਕਟ ਇੱਕ ਵਸੀ, ਵਸੇ ਪਠਾਨ ਕਹਾ ਮਤ ਨਸੀ, ਮੈਂ ਮੁਕ ਲਾਏ ਬਧੂ ਕੋ ਡੋਰਾ, ਗਮਨਤ ਜਾਤ ਅਪਣ ਕਰ ਓਰਾ, ਕਰੀ ਬਲੋਕਰ ਤਿਨ ਮਮਦਾਰਾ, ਸ਼ੀਰ ਬਰਿਓਲੈ ਸਦਨ ਮਥਾਰਾ। ਮੈਂ ਬੜ ਉੱਚੇ ਕੀਨ ਪੁਕਾਰਾ, ਨਾਤੇ ਗਿਆ ਵਾਜੂ ਬੋ ਮਾਰਾ, ਇਸ ਹਿਤ ਮੈਂ ਬੋਧਨ ਤਿਗ ਗਯੋ, ਤੁਰਕ ਜਹਾਂ ਕਿਆ ਤਾਂਤਿਨ ਦਯੋ, ਨਹੀਂ ਫਿਰਦ ਨਗਨ ਕਿਤ ਦੇਨ ਦੀਨ, ਜਿਉਂ ਜੋ ਜਤਨ ਅਨਕ ਮੈਂ ਕੀਨ, ਕਾਜੀ ਕੋਤਵਾਰ ਤਿਗ ਫਿਰਿਓ, ਕਿਨੂੰ ਨਿਆਉ ਨ ਮੇਰੋ ਕਰਿਓ, ਲੱਗ ਕੇ ਗੁਰ ਹਿੰਦਨ ਸਿਰ ਮੋਰ, ਪਰਮ ਦੁਖੀ ਆਇਓ ਇਸ ਠੋਰ। ਇਹਦੇ ਵਿੱਚ ਉਸ ਬ੍ਰਹਮਣ ਨੇ ਬੇਨਤੀ ਕੀਤੀ ਕਿ ਮੈਂ ਮੁਕਲਾਵਤ ਤੋਂ ਲੈ ਕੇ ਆਪਣੀ ਪਤਨੀ ਨੂੰ ਲੈ ਕੇ ਆ ਰਿਹਾ ਸਾਂ ਕਿ ਪਠਾਨਾਂ ਨੇ ਮੇਰੀ ਪਤਨੀ ਖੋ ਲਈ ਹੈ। ਮੈਂ ਚੌਧਰੀਆਂ ਕੋਲ, ਵੱਡਿਆਂ ਕੋਲ, ਸਾਰਿਆਂ ਕੋਲ ਗਿਆ ਵਾਂ, ਪਰ ਕਿਸੇ ਨੇ ਮੇਰੀ ਬਾਹ ਨਹੀਂ ਫੜੀ, ਕਿਸੇ ਨੇ ਮੇਰੀ ਹੈਲਪ ਨਹੀਂ ਕੀਤੀ, ਤੇ ਹੁਣ ਮੈਂ ਤੁਹਾਡੇ ਕੋਲ ਆਇਆ ਵਾਂ। ਹੁਣ ਤੁਸੀਂ ਕਿਰਪਾ ਕਰਕੇ ਮੇਰਾ ਇਹ ਦੁੱਖ, ਪਰਮ ਦੁਖੀ ਆਇਓ ਇਸ ਠੋਰ। ਮੈਂ ਵੱਡਾ ਦੁਖੀ, ਪਰਮ ਮੀਨਸ ਵੱਡਾ, ਮੈਂ ਬਹੁਤ ਦੁਖੀ ਹੋ ਕੇ ਤੁਹਾਡੇ ਕੋਲ ਅਖੀਰ ਤੇ ਨਿਰਾਸ਼ ਹੋ ਕੇ ਆਇਆ ਵਾਂ, ਹੁਣ ਕਿਰਪਾ ਕਰਕੇ ਮੇਰੀ ਬਾਹ ਫੜ। ਸਤਿਗੁਰ ਜੀ ਦਰਦ ਦੀ ਬਿਰਥਾ ਸੁਣ ਕੇ ਕਿਸੇ ਸੋਚ ਵਿੱਚ ਸਨ, ਮੱਥੇ ਤੇ ਵੱਟ ਆਏ, ਬੁੱਲਾਂ ਨੇ ਦੰਦ ਟੁੱਕ ਖਾਧੀ, ਨੈਣ ਲਾਲੀ ਭਾਵ ਦੇ ਹੋ ਗਏ, ਫਿਰ ਮਸਤਕ ਸਾਫ਼ ਹੋ ਗਿਆ, ਨੂਰਾਨੀ ਚਿਹਰਾ ਦੂਰੀ ਦਮਕ ਵਿੱਚ ਹੋਰ ਚਮਕ ਗਿਆ। ਇੰਨੇ ਚਿਰ ਵਿੱਚ ਦੁਖੀ ਬ੍ਰਾਹਮਣ ਨੇ ਸਮਝਿਆ ਕਿ ਇਸ ਧਰਮ ਵਿੱਚ ਜਵਾਬ ਮਿਲਣ ਲੱਗਾ ਹੈ, ਤਦ ਹੋਰ ਉੱਚੇ ਪੁਕਾਰਿਆ, ਸ੍ਰੀ ਪ੍ਰਭ, ਕਿਆ ਅਬਤਰੀਆ ਕੋ ਪਾਊ, ਨਾ ਤਾਂ ਮੈਂ ਦੁਆਰ ਅੱਗੇ ਜਲ ਜਾਊ, ਜੀਵਨ ਧਰਮ ਨਹੀਂ ਅਬ ਮੇਰਾ, ਤੁਮ ਵੀ ਜਤਨ ਨਹੀਂ ਕੋ ਹੀਰਾ। ਇਹ ਸੁਣ ਕੇ ਆਪ ਆਪਾਵਾਰ ਸੁਭਾਅ ਵਾਲੇ ਗੁਰੂ ਜੀ ਮੁਸਕਰਾਏ ਤੇ ਆਖਣ ਲੱਗੇ, ਬ੍ਰਾਹਮਣ ਤੇਰਾ ਕੀ ਨਾਮ ਹੈ? ਬ੍ਰਾਹਮਣ ਨੇ ਕਿਹਾ, ਮੇਰਾ ਨਾਮ ਦੇਵਦਾਸ ਹੈ ਤੇ ਮੈਂ ਸਾਸਤ ਬ੍ਰਾਹਮਣ ਹਾਂ। ਗੁਰੂ ਜੀ ਬੋਲੇ, ਹੇ ਦੇਵਦਾਸ, ਸੜ ਕੇ ਨਾ ਮਰ ਤੇ ਨਾ ਹੀ ਚਿੰਤਾ ਦੀ ਅੱਗ ਵਿੱਚ ਮਨ ਨੂੰ ਜਲਾਓ, ਕਿਉਂਕਿ ਹੁਣ ਬ੍ਰਾਹਮਣ ਨੇ ਕਿਹਾ ਸੀ ਜੇ ਤੁਸੀਂ ਵੀ ਜਵਾਬ ਦੇ ਲਓਗੇ ਤੇ ਮੈਂ ਵੀ ਸੜ ਕੇ ਮਰ ਜਾਵਾਂਗਾ, ਕਿਉਂਕਿ ਹੁਣ ਮੇਰਾ ਜੀਣਾ ਕਿਸੇ ਕੰਮ ਨਹੀਂ। ਕਹਿਣ ਲੱਗੇ ਕਿ ਚਿੰਤਾ ਦੀ ਅੱਗ ਵਿੱਚ ਮਨ ਨੂੰ ਮਤ ਜਲਾਓ, ਹੇ ਦੇਵਦਾਸ, ਸੜ ਕੇ ਨਾ ਮਰੋ, ਹੌਸਲਾ ਕਰੋ, ਗੁਰੂ ਨਾਨਕ ਭਲੀ ਕਰੇਗਾ। ਬ੍ਰਾਹਮਣ ਨੇ ਸੁੱਖ ਦਾ ਲੰਮਾ ਸਾਹ ਲਿਆ, ਵਗਦੇ ਨੈਣ ਪੂੰਝੇ ਤੇ ਧਰਤੀ ਤੇ ਸਿਰ ਰੱਖ ਕੇ ਕਿਹਾ, ਹੇ ਬੰਦੀ ਛੋੜ, ਤੂੰ ਧਨ ਹੈ, ਗਰੀਬ ਨਿਵਾਸ ਤੂੰ ਧਨ ਹੈ। ਬੰਦੀ ਛੋੜ ਮੀਨਸ ਬੰਧਨਾਂ ਤੋਂ ਛੁਡਾਉਣ ਵਾਲੇ ਵਾਹਿਗੁਰੂ ਜੀ, ਤੁਸੀਂ ਧਨ ਹੋ। ਉੱਧਰ ਹੁਕਮ ਹੋਇਆ, ਅਜੀਤ ਸਿੰਘ ਨੂੰ ਬੁਲਾਓ। ਕੌਣ ਹੈ ਅਜੀਤ ਸਿੰਘ? ਕੋਈ ਜਮਾਦਾਰ, ਸੂਬੇਦਾਰ, ਫੌਜ ਦਾ ਸੈਨਾਪਤੀ? ਨਹੀਂ ਨਹੀਂ। ਕੋਈ ਨੌਕਰ, ਚਾਕਰ, ਗੈਰ ਸੂਰਮਾ? ਨਹੀਂ ਨਹੀਂ। ਆਪਣੇ ਦਿਲ ਦਾ ਟੁਕੜਾ, ਆਪਣਾ ਵੱਡਾ ਪੁੱਤਰ ਹੈ। ਗੁਰੇਸ ਕਿੰਨੀ ਕੁ ਹੋਇਆ? ਅਜੇ 20 ਬਰਸ ਦੀ ਨਹੀਂ। ਸਾਹਿਬ ਅਜੀਤ ਸਿੰਘ ਜੀ ਹਾਜ਼ਰ ਹੁੰਦੇ ਹਨ, ਬਸਰ ਸਜੇ ਹਨ, ਸੁੰਦਰਤਾ ਦੇ ਤੇਜ ਡੁੱਲ ਡੁੱਲ ਪੈ ਰਹੇ ਹਨ। ਅਸਲ ਸੰਨਿਆਸੀ ਪਿਤਾ ਦੇ ਰਸੀਲੇ ਨੈਣ ਪੁੱਤਰ ਤੇ ਪੈਂਦੇ ਹਨ ਤੇ ਆਗਿਆ ਹੁੰਦੀ ਹੈ, ਬੇਟਾ ਅਕਾਲ ਪੁਰਖ ਦਾ ਹੁਕਮ ਹੈ, ਜਾਹੇ ਤਾਂ ਤੈ ਧਰਮ ਚਲਾਏ, ਕਬੂਤ ਕਰਨ ਤੇ ਲੋਕ ਹਟਾਏ। ਇਸ ਬ੍ਰਾਹਮਣ ਦੀ ਇਸ ਲਈ ਬਸੀ ਦੇ ਜਾਵਰ ਖਾਂ ਪਠਾਨ ਨੇ ਖੋ ਲਈ ਹੈ, ਉਸ ਤੋਂ ਖਸ ਕੇ ਇਸ ਲਈ ਇਸ ਨੂੰ ਦਿਵਾਉਣੀ ਹੈ। ਕਬੂਤ ਕਰਨੋਂ ਅਮਲੀ ਤੌਰ ਤੇ ਹਟਾਉਣ ਦਾ ਸਮਾਂ ਇਹ ਹੈ, ਨਾਲ ਸਿੰਘ ਲੈ ਜਾਓ, ਬਸੀ ਪਹੁੰਚੋ, ਪਠਾਨ ਤੇ ਇਸਤਰੀ ਦੋਨਾਂ ਨੂੰ ਪਕੜ ਕੇ ਲੈ ਆਓ, ਬਿਜਲੀ ਦੀ ਤੇਜ਼ੀ ਵਾਂਗੂ ਜਾ ਪਾਓ, ਆਉਂਦੇ ਜਾਂਦੇ ਪਤਾ ਨਾ ਲੱਗੇ, ਬਸ ਕਾਰਜ ਕਰਨਾ ਹੈ ਤੇ ਫੁਰਤੀ ਨਾਲ ਕਰਨਾ ਹੈ। ਪਿਤਾ ਗੁਰੂ ਦੱਸਿਆ ਕਠਿਨ ਕੰਮ ਸੁਣ ਕੇ ਸਾਹਿਬ ਅਜੀਤ ਸਿੰਘ ਦੇ ਮੱਥੇ ਤੇ ਸੋਚ ਤੇ ਉਦਾਸੀ ਦੀ ਛਾਇਆ ਨਹੀਂ ਫਿਰੀ, ਮੱਥਾ ਵੀਰ ਰਸੀ ਉਤਸ਼ਾਹ ਨਾਲ ਚਮਕਿਆ। ਖੜਗ ਦੀ ਤੇਗ ਲੈ ਕੇ ਉੱਠ, ਪਿਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਹਾਂ, ਪਰਮ ਸੰਨਿਆਸੀ, ਪਰਮ ਤਿਆਗੀ ਪਿਤਾ ਨੇ, ਜਿਸ ਨੇ ਪਰ ਹਿੱਤ ਲਈ ਪੁੱਤਰ ਪ੍ਰੇਮ ਵੀ ਸਦਕੇ ਕਰ ਰੱਖਿਆ ਹੈ, ਛਾਤੀ ਨਾਲ ਸਿਰ ਲਾਇਆ, ਪਿਆਰ ਦਿੱਤਾ ਤੇ ਆਖਿਆ, ਸ੍ਰੀ ਅਸਤੂਜ ਦੀ ਰੱਖਿਆ, ਤੇਰੇ ਅੰਗ ਸੰਗ ਹੋਵੇ, ਜਾਓ ਬੇਟਾ। ਇਹੋ ਅਸੀਸ ਲੈ ਕੇ ਨੌ ਨਿਹਾਲ ਲਾਲ ਜੀ
ਬਾਹਰ ਆਏ ਸੋ ਅਸਵਾਨ ਨਾਲ ਤਿਆਰ ਕੀਤਾ। ਦੁਖੀ ਬ੍ਰਾਹਮਣ ਨੂੰ ਇੱਕ ਘੋੜੇ ਤੇ ਬਿਠਾ ਕੇ ਨਾਲ ਲਿਆ ਸੋ ਰਸਤਾ ਤੇ ਘਰ ਤੇ ਉਸ ਪਠਾਨ ਦੀ ਸਿਆਣ ਦੱਸੋ ਇਹ ਦਮ ਕਰਕੇ ਪੂਛ ਬੋਲ ਦਿੱਤੀ। ਦੋ ਘੜੀ ਦਿਨ ਬਾਕੀ ਸੀ ਜਦੋਂ ਸੂਰਮੇ ਅਜੀਤ ਸਿੰਘ ਨੇ ਫੌਜ ਦਾ ਦਸਤਾ ਨਾਲ ਲੈ ਕੇ ਤੁਰੇ ਹੋਏ ਸਤਗੁਰ ਜੀ ਪਾਰ ਹੋਏ ਬੰਦੂਕਾਂ ਕਸਿਆ ਸਤਲੁਜੋਂ ਪਾਰ ਹੋਏ ਬੰਦੂਕਾਂ ਕਸੀਆਂ ਤਿਆਰ ਹਨ ਇੱਕ ਸ਼ਰਕ ਲਈ ਗੋਲੀਆਂ ਭਰੀਆਂ ਹੋਈਆਂ ਹਨ ਤੁਰੇ ਜਾਂਦੇ ਹਨ। ਰਾਤ ਦੇ ਅੰਧੇਰੇ ਵਿੱਚ ਚਾਨਣਾ ਦੇਣ ਵਾਲੇ ਗੁਰੂ ਦੇ ਸਕੂਲ ਜਿੱਥੇ ਕਿਤੇ ਰਾਹ ਦਾ ਸ਼ੱਕ ਪਵੇ ਤੇ ਬ੍ਰਾਹਮਣ ਵੀ ਨਾ ਦੱਸ ਸਕੇ ਤਾਂ ਕਿਸੇ ਸਿਆਣਪ ਨਾਲ ਪਤਾ ਕਰਦੇ ਹਨ ਤੇ ਤੁਰੇ ਜਾਂਦੇ ਹਨ। ਦਿਨ ਅਜੇ ਚੜਿਆ ਨਹੀਂ ਸੀ ਕਿ ਬਸ ਇੱਕ ਥਾਣਾ ਦੀ ਤੇ ਆਪ ਜਾ ਪਹੁੰਚੇ। ਲਾਲ ਜੀ ਅੱਖਰ ਅੱਖਰ ਪਿਤਾ ਜੀ ਦਾ ਹੁਕਮ ਕਮਾਉਣਾ ਚਾਹੁੰਦੇ ਸਨ। ਆਪ ਦਾ ਆਸ਼ਾ ਇਹ ਸੀ ਕਿ ਐਡਾ ਅਚਾਨਕ ਜਾ ਕੇ ਪਵਾਂ ਕਿ ਜੰਗ ਦਾ ਘੱਟ ਤੋਂ ਘੱਟ ਸਮਾਂ ਬਣੇ। ਸੋ ਐਸਾ ਹੀ ਹੋਇਆ ਕਿ ਆਪ ਲੋਕਾਂ ਦੇ ਸੁੱਤੇ ਪਏ ਹੀ ਪਹੁੰਚ ਗਏ। ਤਦੇ ਹੀ ਪਤਾ ਲੱਗਾ ਜੋ ਪਠਾਨ ਦੀ ਹਵੇਲੀ ਦੇ ਬੂਹੇ ਟੁੱਟ ਪਏ ਤੇ ਬੱਸੀ ਵਿੱਚ ਭਾਰੀ ਖੜਾਕ ਸੁਣ ਕੇ ਪਠਾਨ ਜਾਗੇ। ਇੰਨੇ ਚਿਰ ਚ ਆ ਪਏ ਸਿੱਖ ਦੀਆਂ ਆਵਾਜ਼ਾਂ ਗੂੰਜੀਆਂ। ਸਿੱਖ ਬੂਹੇ ਤੋੜ ਕੇ ਹਵੇਲੀ ਦੇ ਅੰਦਰ ਲੰਘ ਚੁੱਕੇ ਸਨ। ਆਵਾਜ਼ ਸੁਣੀ ਤਾਂ ਕੁਛ ਪਠਾਨਾਂ ਤਾਂ ਘਰਾਂ ਦੇ ਅੰਦਰ ਹੀ ਦਬਕ ਗਏ ਕਿ ਬਾਹਰ ਕੌਣ ਨਿਕਲੇ ਤੇ ਕੌਣ ਜਾਨ ਗਵਾਏ। ਕੋਈ ਜੋ ਬਾਹਰ ਨਿਕਲੇ ਸੰਬੰਧ ਦੇਖ ਸੈਨਾ ਦੇਖ ਕੇ ਕਿਸਵੰਤ ਹੋ ਗਏ। ਕਿਸੇ ਦਾ ਹੌਸਲਾ ਮੁਕਾਬਲਾ ਕਰਨ ਦਾ ਨਾ ਪਿਆ। ਜੇ ਕਿਸੇ ਨੇ ਸਾਹਮਣਾ ਕੀਤਾ ਤਾਂ ਮੂੰਹ ਦਿਖਾ ਦੀ। ਸਿੰਘਾਂ ਨੇ ਹਵੇਲੀ ਤੋੜਨ ਤੋਂ ਪਹਿਲਾਂ ਪਹਿਰੇ ਤੇ ਆਦਮੀ ਮੁਸ਼ਕਲਾਂ ਨਾਲ ਬੰਨ ਲਏ। ਹੁਣ ਸਿੱਖ ਸਿੱਧੇ ਖਾਨ ਸਾਹਿਬ ਦੇ ਸੋਨ ਦੇ ਕਮਰੇ ਵਿੱਚ ਜਾ ਵੜੇ ਤੇ ਉਸ ਨੂੰ ਪਲਕ ਤੋਂ ਹੀ ਘਾਬਰ ਕੇ ਉੱਠੇ ਇੱਧਰ ਉੱਧਰ ਭੱਜਦੇ ਫਿਰਦੇ ਨੂੰ ਜਾ ਕੇ ਨੱਪ ਲਿਆ। ਬ੍ਰਾਹਮਣ ਨੇ ਪਛਾਣ ਕੀਤੀ ਕਿ ਇਹ ਹੈ ਖੁਨਾਮੀਆਂ ਤੇ ਉਸਨੇ ਵੀ ਮੰਨਿਆ ਕਿ ਮੇਰਾ ਨਾਮ ਹੀ ਜ਼ਾਬਰ ਖਾਂ ਹੈ। ਫਿਰ ਇਸ ਦੀ ਪਛਾਣੀ ਹੋਰ ਉਸਦੀਆਂ ਜਨਾਨੀਆਂ ਤੋਂ ਪੁੱਛ ਕੀਤੀ ਤਸੱਲੀ ਕਰ ਲਈ ਤਾਂ ਬ੍ਰਾਹਮਣੀ ਵੀ ਨਾਲ ਹੀ ਫੜ ਲਈ। ਬਾਕੀ ਘਰ ਦੀ ਕਿਸੇ ਤ੍ਰੀਮਤ ਨੂੰ ਪੁੱਛ ਨਾ ਗਿਆ ਨਾ ਹੀ ਕਿਸੇ ਪਦਾਰਥ ਨੂੰ ਹੱਥ ਲਾਇਆ ਤੇ ਦੋਹਾਂ ਨੂੰ ਲੈ ਕੇ ਬਾਹਰ ਆਏ। ਆਪਣੇ ਫੌਜੀ ਦਸਤੇ ਦੀ ਸੱਥ ਬੱਧੀ ਦੋਹਾਂ ਨੂੰ ਦਸਤੇ ਦੇ ਵਿਚਕਾਰ ਲੈ ਕੇ ਘੋੜਿਆਂ ਤੇ ਬਿਠਾ ਕੇ ਪੁੱਛ ਕੀਤਾ। ਇੱਥੋਂ ਜਿੱਥੋਂ ਤੱਕ ਵਸ ਚੱਲਿਆ ਜੰਗ ਨਹੀਂ ਕੀਤਾ। ਇਉਂ ਲਗਭਗ ਸਾਫ ਹੀ ਨਿਕਲ ਆਏ ਤੇ ਅਨੰਦਪੁਰ ਆ ਪਹੁੰਚੇ। ਜਦੋਂ ਸਤਗੁਰ ਜੀ ਦੇ ਦੀਵਾਨ ਵਿੱਚ ਆਏ ਤਾਂ ਹੋਣਹਾਰ ਨੌਨਿਹਾਲ ਨੇ ਦੋਵੇਂ ਪਠਾਨ ਤੇ ਬ੍ਰਾਹਮਣੀ ਸਭਾ ਵਿੱਚ ਪੇਸ਼ ਕੀਤੇ। ਨਿਆਇਸ਼ੀਲ ਦਾਤਾ ਜੀ ਨੇ ਜ਼ਾਬਰ ਖਾਨ ਨੂੰ ਉਸ ਦੀਆਂ ਇਸ ਇਹ ਤੇ ਅਗਲੀਆਂ ਪਿਛਲੀਆਂ ਐਸੀਆਂ ਬਦੀਆਂ ਤੇ ਖੂਨ ਖਰਾਬਿਆਂ ਦੇ ਬਦਲੇ ਦੰਡ ਦਿੱਤਾ। ਜ਼ਾਬਰ ਖਾਨ ਤੀਰ ਦੇ ਘਾਟ ਉਤਾਰਿਆ ਗਿਆ ਤੇ ਬ੍ਰਾਹਮਣੀ ਬ੍ਰਾਹਮਣ ਨੂੰ ਦਿਵਾਈ ਗਈ। ਕਵਨੀ ਖਾਲਸਾ ਵਿੱਚ ਲਿਖਿਆ ਹੈ ਕਿ ਬ੍ਰਾਹਮਣੀ ਨੂੰ ਉਸਦੇ ਭਾਈਚਾਰੇ ਵਿੱਚ ਵੀ ਮਿਲਾਇਆ ਗਿਆ। ਜਾਪਦਾ ਹੈ ਕਿ ਬ੍ਰਾਹਮਣ ਨੂੰ ਜਾਂ ਇਸਤਰੀ ਮਿਲ ਗਈ ਤਦ ਉਸਦੀ ਦੂਸਰੀ ਮੁਸ਼ਕਲ ਇਹ ਸੀ ਕਿ ਜੋ ਉਹ ਤੁਰਕ ਦੇ ਘਰ ਲੈ ਕੇ ਆਈ ਹੈ ਚਾਹੇ ਉਹ ਮੱਲੋ ਮੱਲੀ ਲਿਜਾਈ ਗਈ ਬੇਦੋਸ਼ ਸੀ ਪਰ ਹੁਣ ਉਹ ਮੁੜ ਹਿੰਦੂ ਨਹੀਂ ਹੋ ਸਕਦੀ। ਇਸ ਬਿਪਤਾ ਨੂੰ ਦੂਰ ਕਰਨ ਲਈ ਅਨੰਦਪੁਰ ਹੀ ਉਹ ਸੁੱਟ ਕੀਤੀ ਗਈ ਅਤੇ ਅਨੰਦਪੁਰ ਵਿੱਚ ਵਸਦੇ ਬ੍ਰਾਹਮਣ ਭਾਈਚਾਰੇ ਵਿੱਚ ਵੀ ਅਭੇਦ ਕਰਕੇ ਵਰਤਾਈ ਗਈ ਤਾਂ ਕਿ ਜਦੋਂ ਬ੍ਰਾਹਮਣ ਆਪਣੇ ਘਰ ਅਪੜੇ ਤਾਂ ਉਸਦਾ ਟੱਬਰ ਕਬੀਲਾ ਉਸ ਨੂੰ ਛੇਕ ਨਾ ਦੇਵੇ ਤੇ ਹੋਰ ਕਸ਼ਟਾਂ ਵਿੱਚ ਉਹ ਨਾ ਪਵੇ। ਸਤਿਗੁਰ ਜੀ ਦੀ ਇਸ ਕਰਨੀ ਪਰ ਘਰ ਘਰ ਕੀਰਤੀ ਫੈਲੀ ਤੇ ਬ੍ਰਾਹਮਣ ਨੇ ਸਤਿਗੁਰੂ ਨੂੰ ਦੁਸ਼ਟ ਦਮਨ ਅਵਤਾਰ ਕਹਿ ਕੇ ਕੀਰਤੀ ਕੀਤੀ। ਅਸਲ ਵਿੱਚ ਅੱਜ ਕੱਲ੍ਹ ਉਹਨਾਂ ਸਮਿਆਂ ਨੂੰ ਛੇਤੀ ਨਾਲ ਸਮਝ ਸਕਣਾ ਕਠਿਨ ਹੈ। ਸਦੀਆਂ ਦੀ ਜ਼ੁਲਮ ਦੀ ਤਲਵਾਰ ਨਾਲ ਮਰੀਂਦੀ ਮਰੀਂਦੀ ਹਿੰਦੂ ਜਾਤੀ ਅੱਜ ਦੁਖੀ ਤੇ ਕਮਜ਼ੋਰ ਹੋ ਰਹੀ ਸੀ। ਇਹ ਕਿਸ ਵਿੱਚ ਖਿਆਲ ਕਰਨ ਦਾ ਹੌਸਲਾ ਸੀ ਜਾਂ ਕਿਸੇ ਨੂੰ ਆਸ ਹੋ ਸਕਦੀ ਸੀ ਕਿ ਕੋਈ ਗੈਰ ਮੁਸਲਮ ਕਿਸੇ ਤੁਰਕ ਪਠਾਨ ਤੋਂ ਵੀ ਤਕੜਾ ਤੇ ਹੌਸਲੇ ਵਾਲਾ ਹੋਵੇ ਤੇ ਇਹ ਕੋਈ ਖਿਆਲ ਵੀ ਨਹੀਂ ਸੀ ਕਰ ਸਕਦਾ ਕਿ ਕੋਈ ਇਹਨਾਂ ਨੂੰ ਦੰਡ ਵੀ ਦੇ ਸਕਦਾ ਹੈ। ਮੋਈ ਸੂਰਤ ਦਾ ਜਿਉਂਦੇ ਕਰ ਦੇਣਾ ਦੇਸ਼ ਦੀ ਗਈ ਸੂਰਤ ਦਾ ਮੁੜ ਵਾਪਸ ਲਿਆ ਦੇਣਾ ਨਿਤਾਨੀ ਪਰਦੇ ਵਿੱਚ ਤਾਣ ਭਰ ਦੇਣਾ ਤੇ ਹੌਸਲੇ ਵਧਾ ਦੇਣੇ ਇਹ ਸੀ ਅਸੰਭਵ ਜੋ ਗੁਰੂ ਜੀ ਨੇ ਸੰਭਵ ਕਰ ਦਿਖਾਇਆ। ਇਸ ਲਈ ਇਸ ਵਾਕਿਆ ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਇਸ ਚਰਿੱਤਰ ਕੋ ਸੁਣ ਕਰ ਸੁਣ ਜਗ ਸਾਰਾ ਸ੍ਰੀ ਸਤਿਗੁਰ ਜਸ ਸਹਿਨ ਅਵਤਾਰਾ ਜਥਾ ਚਾਂਦੀ ਨਿਰਮਲ ਹੇਤ ਤਿਮ ਕਰ ਕਰ ਮੈਂ ਸੁਜਸ ਉਦੇਤ ਮਨੋ ਮਾਲਤੀ ਫੂਲਤ ਝੁੱਲੀ ਰਾਏ ਬੇਲ ਕੈ ਸੁੰਦਰ ਫੁੱਲੀ ਜੈ ਕੈ ਕੀਰਤ ਵਰਣਨ ਕਰਤੇ ਧੰਨ ਧੰਨ ਪ੍ਰਭ ਧੰਨ ਉਚਰਤੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਬ੍ਰਾਹਮਣ ਨੂੰ ਉਸ ਦੀ ਪਤਨੀ ਦਿਵਾਈ ਕਮਾ ਲਈ ਆਪਣੇ ਲਈ ਤੇ ਹੱਲ ਵੀ ਲੜਦਾ ਪਰ ਗੈਰ
ਧਰਮ ਵਾਸਤੇ, ਕਿਸੇ ਗੈਰ ਪਰਿਵਾਰ ਵਾਸਤੇ ਆਪਣੇ ਹੀ ਬੱਚੇ ਨੂੰ ਤੋੜ ਦੇਣਾ, ਇਹ ਧਨ ਤਾਂ ਸਿਰ ਨੂੰ ਕਲਗੀਆਂ ਵਾਲੇ ਦਾ ਹੀ ਜਿਗਰਾ, ਧਨ ਕਲਗੀਆਂ ਵਾਲਾ ਦੇ ਧਨ ਧਨ ਜਿਗਰਾ ਤੇਰਾ। ਪਤਾ ਨੀ ਮਾਂ ਗੁਜਰੀ ਕਿੰਨੀ ਧਨ ਨੇ ਜਿਹਨਾਂ ਨੇ ਇਹੋ ਜਿਹੇ ਯੋਧੇ, ਸੂਰਵੀਰ, ਗੁਰੂ, ਦਾਤਾ, ਦਾਨੀ, ਅੰਮ੍ਰਿਤ ਦੇ ਦਾਤੇ ਨੂੰ ਆਪਣੀ ਗੋਦ ਚ ਖਿਡਾਇਆ। ਇਸ ਕਰਕੇ ਸਿਰ ਸਦਕੇ ਕਰਕੇ ਕਹਿੰਦੇ ਕਿ ਹੇ ਗੁਜਰੀ ਮਾਤਾ, ਕਸਤ ਦਾ ਸਿਰ ਮਾਰਨਾ, ਘੋੜਾ ਅੱਜ ਸਿੱਖ ਭਾ ਹੋਇਆ, ਕੀ ਤੋ ਸੁਜੱਕਾ ਮਾਰਨਾ, ਗਿਰਿਆ ਨਾ ਤੇਰਾ ਵੀਰ ਬਾਂਕਰਾ, ਨੀਲੇ ਦਾ ਸਵਾਰਨਾ, ਕਲਗੀ ਸੋਹੇ ਸੀਸ ਤੇ ਜਿਸਦੇ ਨੈਣੋ ਨੂਰ ਖਿਲਾਰਨਾ, ਟਿੱਕਿਆ ਰਹੇ ਸ਼ੇਖ ਦੇ ਉੱਤੇ ਤੇਰਾ ਲਾਲ ਗੁਲਾਰਨਾ, ਮੂੰਹ ਤਾਨੇ ਨੂੰ ਤਾਨ ਲਿਓ ਸੂ, ਕਦੇ ਨਾ ਕਿਸਨੇ ਹਾਰਨਾ, ਐਪਰ ਖਾ ਖਿੱਚ ਖਾ ਗਿਆ ਜੋ ਐਪਰ ਖਿੱਚ ਖਾ ਗਿਆ ਕੰਧਾ, ਪੱਟੀ ਬੰਨ ਵਿਖਾਰਨਾ, ਸਾਈ ਰੱਖ ਲੈ ਰੱਖ ਲਿਆ ਏ ਸਾਈ ਪੈਜ ਸਵਾਰਨਾ। ਇਸ ਖੁਸ਼ੀ ਵਿੱਚ ਮਾਤਾ ਗੁਜਰੀ ਘਰ ਸੁੱਖ ਦਾ ਸਿਰ ਵਾਰਨਾ, ਇਸ ਖੁਸ਼ੀ ਵਿੱਚ ਮਾਤਾ ਗੁਜਰੀ ਘਰ ਸੁੱਖ ਦਾ ਸਿਰ ਵਾਰਨਾ, ਝੋਲੀ ਖੇਰ ਖਲਾ ਹੈ ਮੰਗਤ ਨਾਲੇ ਪਿਆ ਪੁਕਾਰਨਾ, ਦੇ ਸੁੱਖ ਦਾ ਸਿਰ ਵਾਰਨਾ ਅਮੀਏ ਭੋਜਨ ਪਾਰ ਉਤਾਰਨਾ, ਘਰ ਸੁੱਖ ਦਾ ਸਿਰ ਵਾਰਨਾ ਅਮੀਏ ਦੇ ਸੁੱਖ ਦਾ ਸਿਰ ਵਾਰਨਾ, ਭੋਜਨ ਪਾਰ ਉਤਾਰਨਾ ਅਮੀਏ ਭੋਜਨ ਪਾਰ ਉਤਾਰਨਾ। ਇਸ ਦੁਨੀਆਂ ਤੋਂ ਨਹੀਂ ਛਡਾਉਂਦੇ, ਭੋਜਨ ਤੋਂ ਵੀ ਕੱਢ ਕੇ, ਮਾਤ ਲੋਕ ਵਿੱਚੋਂ ਕੱਢ ਕੇ ਗੁਰੂ ਜੀ ਆਪਣੇ ਨਾਲ ਸੱਚਖੰਡ ਲੈ ਜਾਂਦੇ। ਸਿੰਘਾਂ ਨੂੰ ਲੈ ਕੇ ਗਏ ਨੇ ਨਾ, ਜਿੰਨੇ ਸ਼ਹੀਦ ਸਿੰਘ ਹੋਏ ਨੇ, ਜਿੰਨੇ ਗੁਰਸਿੱਖ ਪਿਆਰੇ ਹੋਏ ਨੇ, ਸਾਰਿਆਂ ਨੂੰ ਆਪਣੇ ਨਾਲ ਲੈ ਕੇ ਗਏ। ਔਰ ਐਸਾ ਨਹੀਂ ਕਿ ਅੱਜ ਬਾਣੀ 'ਚ ਤਾਕਤ ਨਹੀਂ, ਬਾਣੀ ਤਾਂ ਉਹੀ ਹੈ ਜੁਗੋ ਜੁਗ ਅਟਲ, ਧੰਨ ਧੰਨ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਉਹੀ ਹੈ। ਪਰ ਹਾਂ, ਸਾਨੂੰ ਦੋ ਗੱਲਾਂ ਕਰਨੀਆਂ ਪੈਣਗੀਆਂ, ਪਹਿਲੇ ਪਿਆਰ ਨਾਲ ਪੜ੍ਹਨਾ ਪਏਗਾ, ਸਮਝਣਾ ਪਏਗਾ, ਵਿਚਾਰਨਾ ਪਏਗਾ, ਫਿਰ ਉਹਨੂੰ ਮੰਨਣਾ ਪਏਗਾ। ਤੇ ਤਾਂ ਹੀ ਅੱਜ ਵੀ ਬਾਣੀ ਦੇ ਵਿੱਚ ਉਹੀ ਅਸਰ ਹੈ, ਉਹੀ ਰਸੂਖ ਹੈ। ਔਰ ਧੰਨ ਧੰਨ ਦਾਤਾ ਜੀ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ। ਕਮਾਲ ਦੀ ਗੱਲ ਇਹ ਵੇ ਕਿ ਔਰੰਗਜ਼ੇਬ ਉਸ ਵੇਲੇ, ਆਪ ਸਾਰੇ ਸਿਆਣੇ ਪੜ੍ਹੇ ਲਿਖੇ ਬੈਠੇ ਹੋ, ਸਿਰਫ ਹਿੰਦੁਸਤਾਨੀ ਨਹੀਂ, ਪਾਕਿਸਤਾਨ, ਕਾਬਲ, ਕੰਧਾਰ ਸਭ ਪਾਸੇ ਦਾ ਉਹ ਉਸ ਵੇਲੇ ਰਾਜਾ ਸੀ। ਤੇ ਅਨੰਦਪੁਰ ਦੀ ਛੋਟੀ ਜਿਹੀ ਨਗਰੀ ਬਿੰਦੀ ਲੱਗਦੀ ਹੋਏਗੀ ਮੇਰੇ ਖਿਆਲ, ਇੰਨੇ ਬੜੇ ਏਰੀਏ 'ਚ ਅਗਰ ਏਰੀਆ ਨਾ ਹੋ ਤੇ ਇੱਕ ਬਿੰਦੀ ਦੀ ਜਿੰਨੀ ਤੋਂ ਵੱਧ ਨਹੀਂ ਜਗ੍ਹਾ। ਪਰ ਧਨ ਕਲਗੀਆਂ ਵਾਲੇ ਦਾ ਜਿਗਰਾ, ਹੌਂਸਲਾ, ਕਿ ਉਸ ਵੇਲੇ ਦੇ ਸੁਲਤਾਨ ਨਾਲ ਟੱਕਰ ਲੈ ਗਈ, ਬੀੜੀਆਂ ਹੋਈਆਂ ਸਾਰੀਆਂ। ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਕੋਲ ਗਿਣੇ ਚੁਣੇ ਸਿੰਘ ਗਿਣਤੀ ਦੇ, ਪਰ ਹਾਰੇ ਨਹੀਂ, ਅਚੱਕੇ ਨਹੀਂ। ਇੱਥੋਂ ਤੱਕ ਕਿ ਸਿੰਘਾਂ ਨੂੰ ਜੋ ਸਿਖਲਾਈ ਦਿੱਤੀ ਸੀ ਨਾ, ਕਮਾਲ ਦੀ ਸਿਖਲਾਈ ਸੀ, ਜਦੋਂ ਗੋਲੀਆਂ ਤੇ ਬੰਦੂਕਾਂ ਲੈ ਕੇ ਖੜੇ ਹੁੰਦੇ ਸਨ ਨਾ, ਤੇ ਹਰ ਇੱਕ ਦੇ ਨਾਲ ਦੋ ਦੋ ਸਿੰਘ ਉਹ ਹੁੰਦੇ ਸਨ ਜਿਹੜੇ ਕਿ ਗੋਲੀਆਂ ਭਰਦੇ ਸਨ, ਤਾਂ ਕਿ ਜਿਹਨੇ ਗੋਲੀ ਚਲਾਈ ਹੈ ਉਹਨੂੰ ਮੌਕਾ ਨਾ, ਉਹਨੂੰ ਟਾਈਮ ਨਾ ਲੱਗੇ ਗੋਲੀ ਦੁਬਾਰਾ ਭਰਨ ਦਾ। ਨਾਲ ਜੋ ਦੋ ਸਿੰਘ ਹੁੰਦੇ ਸਨ ਨਾ, ਉਹਨਾਂ ਨੂੰ ਗੋਲੀਆਂ ਦਾ ਭਰਨ ਦਾ ਕੰਮ ਦਿੱਤਾ ਜਾਂਦਾ ਸੀ, ਕੰਮ ਕਿ ਤੁਸੀਂ ਫਟਾਫਟ ਖਾਲੀ ਬੰਦੂਕ ਲੈ ਕੇ ਗੋਲੀ ਭਰੀ ਹੋਈ ਨਾਲ ਪਕੜਾਈ ਜਾਂਦੀ ਉਸ ਸਿੰਘ ਨੂੰ। ਦੂਸਰੇ ਨੰਬਰ ਤੇ ਇਸ ਤਰ੍ਹਾਂ ਉਹਨੂੰ ਤਿਆਰ ਕੀਤਾ ਸੀ ਸਿੰਘਾਂ ਨੂੰ, ਭਾਵੇਂ ਥੋੜੇ ਸਨ ਪਰ ਹੌਂਸਲੇ ਬੁਲੰਦ ਸਨ। ਤੀਜੇ ਨੰਬਰ ਤੇ ਸਭ ਕੁਝ ਦੀ ਸਟ੍ਰੈਟਜੀ ਕਿ ਜਦੋਂ ਇੱਕ ਸਿੰਘ ਗੋਲੀ ਚਲਾਏ ਨਾ, ਤੇ ਜਾਂ ਉਹਦੀ ਗੋਲੀ ਠਾ ਵੱਜੇ ਤੇ ਦੂਸਰਾ ਸਿੰਘ ਚਲਾਏ, ਦੂਸਰੇ ਵੱਜੇ ਫਿਰ ਤੀਸਰਾ ਚਲਾਏ, ਇਸ ਤਰ੍ਹਾਂ ਵਾਰੀ ਵਾਰ ਚਲਾਓ ਕਿ ਗੋਲੀਆਂ ਦੀ ਬਾਰਿਸ਼ ਵੀ ਹੁੰਦੀ ਰਹੀ ਤੇ ਦੁਸ਼ਮਣ ਨੂੰ ਇਹ ਵੀ ਨਾ ਲੱਗੇ ਕਿ ਗੋਲੀਆਂ ਦੀ ਆਵਾਜ਼ ਬੰਦ ਹੋ ਗਈ, ਸਿੰਘ ਬੜੇ ਥੋੜੇ ਨੇ। ਸੋ ਬੜੀ ਸਟ੍ਰੈਟਜੀ ਦੇ ਨਾਲ ਸਤਿਗੁਰੂ ਜੀ ਦੇ, ਸਤਿਗੁਰੂ ਜੀ ਕੋਲ 50 ਸਿੰਘ ਹੁੰਦੇ ਸਨ ਤੇ ਸਾਹਮਣੇ 5-5 ਹਜ਼ਾਰ, 50-50 ਹਜ਼ਾਰ ਹੁੰਦੇ ਸਨ, ਪਰ ਤਾਂ ਵੀ ਹਾਰੇ ਕੌਣ? ਮੁਸਲਮਾਨ। ਸਤਿਗੁਰੂ ਜੀ ਹਮੇਸ਼ਾ ਅਜਿੱਤ ਰਹੇ ਨੇ। ਇੱਥੋਂ ਤੱਕ ਕਿ ਕੁਛ ਇਤਿਹਾਸਕਾਰ ਲਿਖਦੇ ਨੇ ਕਿ 14 ਜੰਗਾਂ ਹੋਈਆਂ ਨੇ, ਕੁਛ ਲਿਖਦੇ ਨੇ 18 ਹੋਈਆਂ ਨੇ। ਖੈਰ, ਆਪਾਂ ਇਸ ਗੱਲ 'ਚ ਨਹੀਂ ਪੈਣਾ 14 ਹੋਈਆਂ ਜਾਂ 18 ਹੋਈਆਂ। 9 ਸਾਲ ਦੀ ਛੋਟੀ ਉਮਰ ਤੋਂ ਸ਼ੁਰੂ ਕਰਕੇ ਦਾਤਾ ਜੀ ਦੀ 42 ਸਾਲ ਦੀ ਟੋਟਲ ਉਮਰ ਹੈ ਸਰੀਰਕ ਰੂਪ ਵਿੱਚ, ਪਰ ਇੰਨੇ ਟਾਈਮ ਵਿੱਚ ਇੰਨੀਆਂ ਜੰਗਾਂ ਲੜਨੀਆਂ ਹੱਦ, ਔਰ ਇੱਕ ਵੀ ਦਾਤਾ ਜੀ ਨਹੀਂ ਹਾਰੇ, ਸਾਰੀਆਂ ਜਿੱਤੀਆਂ ਨੇ, ਕਿਉਂਕਿ ਸੱਚ ਦੀ ਲੜਾਈ ਸੀ, ਧਰਮ ਦੀ ਲੜਾਈ ਸੀ। ਔਰ ਆਪ ਕਦੇ ਪਹਿਲਾਂ ਕਿਸੇ ਨੇ ਵਾਰ ਨਹੀਂ ਕੀਤਾ, ਪਹਿਲੇ ਸਾਹਮਣੇ ਉਹਨਾਂ ਨੂੰ ਮੌਕਾ ਦਿੱਤਾ ਕਿ ਪਹਿਲੇ ਤੂੰ ਵਾਰ ਕਰ। ਮੇਰੇ ਕੋਲ ਕਈਆਂ ਨੇ ਪਿਕਚਰ ਦੇਖੀ ਹੋਏਗੀ, ਬਾਬਾ ਬੰਦਾ ਸਿੰਘ ਬਹਾਦਰ ਦੀ ਪਿਕਚਰ ਆਈ ਸੀ,
ਉਹਦੇ ਵਿੱਚ ਜਿਸ ਵੇਲੇ ਸਿਆਲ ਖਾਨ ਸਾਹਮਣੇ ਆਉਂਦਾ ਹੈ ਨਾ ਤੇ ਬੜਾ ਹੰਕਾਰ ਵਿੱਚ ਚੜ੍ਹ ਕੇ ਆਉਂਦਾ ਹੈ, ਪੂਰਾ ਆਪਣੇ ਆਪ ਨੂੰ ਰੋਹੇ ਦੀ ਸਨਾਹ ਨਾਲ ਉਹਨੇ ਢੱਕਿਆ ਹੁੰਦਾ ਹੈ ਤੇ ਗੁਰੂ ਗੋਬਿੰਦ ਸਿੰਘ ਨੂੰ ਬੜਾ ਆਕਰ ਕੇ ਕਹਿੰਦਾ ਤੁਸੀਂ ਵਾਰ ਕਰੋ। ਗੁਰੂ ਜੀ ਕਹਿੰਦੇ ਨਹੀਂ ਸਿਆਲ ਖਾਨ ਪਹਿਲਾਂ ਵਾਰ ਤੂੰ ਕਰ, ਫਿਰ ਦੂਸਰੇ ਕਹਿੰਦਾ ਨਹੀਂ ਤੁਸੀਂ ਕਰੋ। ਗੁਰੂ ਜੀ ਕਹਿੰਦੇ ਨਹੀਂ ਤੂੰ ਕਰ ਪਹਿਲੇ, ਐਸਾ ਨਾ ਹੋਏ ਕਿ ਤੇਰਾ ਵਾਰ ਕਰਨ ਦਾ ਜੋ ਚਾਹ ਹੈ ਨਾ ਮਨ ਵਿੱਚ ਹੀ ਰਹਿ ਜਾਏ। ਔਰ ਕਮਾਲ ਉਸ ਨੇ ਪਿਕਚਰਾਈਜੇਸ਼ਨ ਬੜੀ ਅੱਛੀ ਕੀਤੀ, ਜਿਹਨਾਂ ਨਹੀਂ ਦੇਖੀ ਯੂਟਿਊਬ ਤੇ ਹੋਏਗੀ ਜ਼ਰੂਰ ਦੇਖਣਾ। ਉਸ ਤੋਂ ਬਾਅਦ ਚਾਰ ਸੰਦ ਪਾਰਟ ਟੂ, ਉਸ ਤੋਂ ਬਾਅਦ ਜੋ ਸੈਦ ਖਾਨ ਜਦੋਂ ਇੱਕ ਤੀਰ ਮਾਰਦਾ ਹੈ ਨਾ ਤੇ ਦਾਦਾ ਜੀ ਸਹਿਜ ਤੇ ਹੋ ਜਾਂਦੇ ਨੇ, ਪਰ ਕਹਿੰਦੇ ਇੱਕ ਹੋਰ ਮਾਰ ਲੈ, ਤੇਰੇ ਮਨ ਦਾ ਚਾਹ ਨਾ ਰਹਿ ਜੇ ਕਿ ਮੈਂ ਮੌਕਾ ਨਹੀਂ ਸੰਭਾਲ ਸਕਿਆ। ਇੱਕ ਹੋਰ ਜਦੋਂ ਉਹ ਮਾਰਦਾ ਹੈ ਤੇ ਉਹਨੂੰ ਤੀਸਰੀ ਵਾਰੀ ਦਾਦਾ ਜੀ ਆਪ ਤੀਰ ਚੜਾਉਂਦੇ ਨੇ ਚਿੱਲੇ ਤੇ, ਤੇ ਪਤਾ ਕੀ ਅਰਦਾਸ ਕਰਦੇ ਨੇ ਕਿ ਹੇ ਵਾਹਿਗੁਰੂ ਹਰ ਮੈਂ ਨਰ ਹੈ, ਨਰ ਮੈਂ ਹਰ ਹੈ, ਹਰ ਜੀਵ ਵਿਸ਼ਵ ਪਰਮਾਤਮਾ, ਮੈਂ ਕਿਹਨੂੰ ਮਾਰਿਆ ਸਾਂ, ਮੈਂ ਗੁਰੂ ਨੂੰ ਮਾਰਿਆ, ਰੱਬ ਨੂੰ ਮਾਰਿਆ। ਕਹਿੰਦੇ ਨਹੀਂ, ਇਸ ਵੇਲੇ ਇਹਦੇ ਹੰਕਾਰ ਵਿੱਚ ਆਕਰ ਕੇ ਖੜਾ ਆ, ਇਹਦੇ ਹੰਕਾਰ ਨੂੰ ਮਾਰਿਆ, ਸਰੀਰ ਦਾ ਦਿੱਖ ਸੰਹਾਰ। ਔਰ ਜੋ ਪਿਛਲਾ ਜਿਸ ਕੀਤਾ ਵੇ ਪੂਰਾ ਨਤਮਸਤਕ ਹੋ ਕੇ ਤੀਰ ਨੂੰ ਅਰਦਾਸ ਕਰਕੇ ਗੁਰੂ ਅੱਗੇ ਫਿਰ ਤੀਰ ਛੋੜਦੇ। ਔਰ ਕਮਾਲ ਇਹ ਹੱਦ ਦੇ ਸਿਆਣੇ, ਹੱਦ ਦੇ ਸਾਰੀਆਂ ਹੱਦਾਂ ਖਤਮ, ਉਹਨੇ ਪੂਰਾ ਆਪਣੇ ਆਪ ਨੂੰ ਢੱਕਿਆ ਜਾਵੇ। YouTube ਤੇ ਜਾ ਕੇ ਦੇਖਣਾ, ਬਹੁਤ ਇੱਕ ਬੜਾ ਉਹਨਾਂ ਨੇ ਸੀਨ ਸੋਹਣਾ ਕ੍ਰੀਏਟ ਕੀਤਾ। ਤੀਰ ਕੀ ਕਰੇਗਾ ਬਾਬਾ ਗੁਰੂ ਗੋਬਿੰਦ ਸਿੰਘ ਜੀ ਦਾ, ਕਿੱਥੇ ਮਾਰਨਗੇ? ਔਰ ਏਦਾਂ ਜਿਵੇਂ ਸਾਥੀਆਂ ਦੇ ਮੁੱਖ ਕਰਦਾ ਨਾ ਤੇ ਦਾਦਾ ਜੀ ਤੀਰ ਛੋੜਦੇ ਨੇ, ਉਹਦੇ ਇੱਕ ਕੰਨ ਚ ਨਿਕਲਦਾ ਮੁੜਦਾ ਤੇ ਦੂਜੇ ਕੰਨ ਚ ਨਿਕਲ ਜਾਂਦਾ, ਉਹ ਤੀਰ ਟੈ ਟੇ ਨਹੀਂ ਹੋ ਜਾਂਦਾ। ਇੱਕ ਹੋਰ ਸੈਦ ਖਾਨ ਸੀ, ਉਹ ਜੋ ਪੀਰ ਬੁੱਧੂ ਸ਼ਾਹ ਜਿਸਨੇ, ਹਾਲਾਂਕਿ ਉਹ ਪੀਰ ਸੀ ਪਰ ਉਹਨੇ ਪਾਠ ਲਿਆ ਸੀ ਜੰਗ ਵਿੱਚ, ਕਿਉਂਕਿ ਉਹਨੇ ਨਾ 500 ਸੀ ਆਪਣੇ ਚੇਲੇ ਭੇਜੇ ਸੀ ਦਾਦਾ ਜੀ ਦੀ ਸੇਵਾ ਵਾਸਤੇ। ਪਰ ਉਹ ਐਨ ਅਖੀਰਲੇ ਟਾਈਮ ਜਿਵੇਂ ਸਵੇਰੇ ਜੰਗ ਸ਼ੁਰੂ ਹੋਣਾ ਸੀ ਨਾ ਤੇ ਰਾਤ ਨੂੰ ਖਿਸਕਲਤ ਹੋ ਗਈ, ਸਾਰੇ ਚਲੇ ਗਏ, ਚਲੇ ਹੀ ਨਹੀਂ ਗਏ ਜਾ ਕੇ ਦੁਸ਼ਮਣ ਨਾਲ ਮਿਲ ਗਏ। ਹੁਣ ਦੇਖਿਆ ਜਾਏ ਦੁਨਿਆਵੀ ਤੌਰ ਤੇ ਤੇ ਇਹਨਾਂ ਦੇ 500 ਸੈਨਿਕ ਘੱਟ ਗਏ ਤੇ ਦੂਜੇ ਪਾਸੇ 500 ਵੱਧ ਗਏ। ਜਿਸ ਵੇਲੇ ਸੇਵਕ ਸਿੰਘਾਂ ਨੇ ਦੱਸਿਆ ਨਾ ਜਾ ਕੇ ਕਿ ਦਾਦਾ ਜੀ ਜੋ ਪੀਰ ਬੁੱਧੂ ਸ਼ਾਹ ਨੇ ਆਪਣੇ ਸੇਵਕ ਭੇਜੇ ਸਨ, ਆਪਣੇ ਚੇਲੇ ਭੇਜੇ ਸਨ, ਉੱਥੇ ਸਾਰੇ ਚਲੇ ਗਏ। ਤੇ ਦਾਦਾ ਜੀ ਹੁਣ ਕਮਾਲ, ਦੂਜਾ ਕਮਾਲ ਦੇਖੋ, ਦਾਦਾ ਜੀ ਨੇ ਉਸ ਵੇਲੇ ਦਿਲ ਨਹੀਂ ਘਾਇਆ ਕਿ ਹੋ ਗਿਆ, 500 ਚਲੇ ਵੀ ਗਏ ਤੇ ਉੱਧਰ ਵੀ ਰਲ ਗਈ, ਇੱਧਰ ਤਾਕਤ ਘੱਟ ਗਈ ਉੱਧਰ ਵੱਧ ਗਈ। ਕਹਿੰਦੇ ਕੋਈ ਬੱਚਿਆ ਵੀ ਹੈ? ਕਹਿੰਦੇ ਹਾਂ, ਉਹਨਾਂ ਦਾ ਜੋ ਹੈ ਡੇਣਾ ਉਹ ਬਚ ਗਿਆ। ਕਹਿੰਦੇ ਕੋਈ ਗੱਲ ਨਹੀਂ, ਜੜ ਰਹਿ ਗਈ, ਜੇ ਜੜ ਰਹਿ ਗਏ ਦਰਖਤ ਫਿਰ ਉਗ ਪੈਂਦਾ। ਕਹਿੰਦੇ ਜੜ ਰਹਿ ਗਈ, ਉਹ ਛਵੇ ਨਹੀਂ, ਚੁਕੇ ਨਹੀਂ, ਡਰੇ ਨਹੀਂ, ਬਿਲਕੁਲ ਮਨ ਖੱਟਾ, ਮਨ ਨੀਵਾ ਨਹੀਂ ਕੀਤਾ ਕਿ ਇਹ ਕੀ ਹੋ ਗਿਆ। ਕਹਿੰਦੇ ਕੋਈ ਨਹੀਂ, ਔਰ ਉਸ ਵੇਲੇ ਜੋ ਥਾਪੜਾ ਦੇ ਕੇ ਸਿੰਘਾਂ ਨੂੰ ਤੋਰਿਆ ਨਾ ਤੇ ਕਹਿੰਦੇ ਜਿਨ੍ਹਾਂ ਨੇ ਕਦੀ ਹਲਵਾਈ ਵੀ ਵਿੱਚ ਸਨ ਉਹ ਆਪੋ ਆਪਣੇ ਕਰਸ਼ੇ ਲੈ ਕੇ ਵਿੱਚ ਪਹੁੰਚ ਗਏ, ਸਾਰੇ ਰਲ ਗਏ। ਜਿਨ੍ਹਾਂ ਨੇ ਕਦੀ ਨੰਗੀ ਕਰਦ ਕਦੇ ਨਾ ਪਕੜੀ, ਜਿਨ੍ਹਾਂ ਨੇ ਕਦੀ ਨੰਗੀ ਕਰਦ ਬ੍ਰਾਹਮਣ ਸਨ ਉਹਨਾਂ ਨੇ ਪਕੜੀ ਨਹੀਂ ਸੀ, ਉਹ ਵੀ ਜਾ ਕੇ ਸੂਰਮੇ ਦੀ ਤਰ੍ਹਾਂ ਲੜਾਈ ਕਰਦੇ ਪਏ ਨੇ। ਔਰ ਉੱਥੇ ਵੀ ਗੁਰੂ ਜੀ ਦੀ ਫੌਜ ਜਿੱਤ ਗਈ, ਜੋ ਪੁੰਡਾ ਸਾਹਿਬ ਯੁੱਧ ਹੋਇਆ ਸੀ। ਹੁਣ ਇੰਨੇ ਦਾਤਾ ਜੀ, ਇਹਨਾਂ ਦਾ ਨਾ ਇੱਕ ਪੱਖ ਹੀ ਸਾਡੇ ਸਾਹਮਣੇ ਜ਼ਿਆਦਾ ਆਉਂਦਾ ਵੀ ਕਿ ਉਹ ਯੋਧੇ ਸਨ, ਪਰ ਉਹਨਾਂ ਨੂੰ ਮਜਬੂਰੀ 'ਚ ਇਹ ਸਭ ਕਰਨਾ ਪਿਆ ਕਿਉਂਕਿ ਔਰੰਗਜ਼ੇਬ ਆਪਾਂ ਸਭ ਨੂੰ ਪਤਾ ਸਵਾ ਮਨ ਜੰਜੂ ਉਤਾਰ ਕੇ ਪਾਣੀ ਪੀਂਦਾ ਸੀ, ਰੋਟੀ ਖਾਂਦਾ ਸੀ। ਇੱਕ ਧਾਗੇ ਦਾ ਵੇਟ ਹੁੰਦਾ 5 ਗ੍ਰਾਮ 7 ਗ੍ਰਾਮ, ਸੋਚੋ ਸਵਾ ਮਨ ਕਿਵੇਂ ਬਣਦਾ ਹੈ। ਫਿਰ ਉਹ ਕਹਿੰਦੇ ਰਾਤ ਦੇ 9, 10, 11 ਵੱਜ ਜਾਂਦੇ ਸਨ, ਸਵਾ ਮਨ ਤੋਲਦਿਆਂ ਤੋਲਦਿਆਂ ਤੇ ਜਦੋਂ ਤੱਕ ਪੂਰਾ ਨਹੀਂ ਹੁੰਦਾ ਸੀ ਮੁਸਲਮਾਨ। ਸਾਰੇ ਮੁਸਲਮਾਨ ਮਾੜੇ ਨਹੀਂ ਹੁੰਦੇ, ਹਰ ਕੌਮ ਵਿੱਚ ਚੰਗੇ ਬੰਦੇ ਵੀ ਹੁੰਦੇ ਨੇ, ਕੁਛ ਮਾੜੇ ਨਿਕਲ ਆਉਂਦੇ ਨੇ। ਪੀਰ ਬੁੱਲੇ ਸ਼ਾਹ ਹੋਇਆ ਸੂਫੀ ਸੰਤ, ਉਹਨੇ ਮੁਸਲਮਾਨ ਹੋਣ ਦੇ ਬਾਵਜੂਦ ਉਹਨੇ ਬੜਾ ਖੁੱਲ ਕੇ ਕਿਹਾ, ਕਹਿੰਦੇ ਨਾ ਕਹੂੰ ਜਬਕਿ ਨਾ ਕਹੂੰ ਤਬਕੀ ਬਾਤ ਕਹੂੰ ਮੈਂ ਅਬਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਨਤ ਹੋਤੀ ਸਭੀ, ਕਿ ਅਗਰ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾ ਚੁੱਕਦੇ ਤਾਂ ਸਭ ਨੇ ਮੁਸਲਮਾਨ ਹੋਣਾ ਸੀ, ਕਿਉਂਕਿ ਔਰੰਗਜ਼ੇਬ ਇੰਨੀ ਤੇਜ਼ੀ ਦੇ ਨਾਲ
ਰੋਜ਼ ਦੇ ਲੱਖਾਂ ਹੀ ਲੋਕਾਂ ਦਾ ਜਨੇਊ ਲਾ ਕੇ ਜਾਂ ਧਰਮ ਚ ਕਨਵਰਟ ਕਰਾ ਦਿੰਦਾ ਕਿ ਮੁਸਲਮਾਨ ਬਣ ਜਾਓ ਨਹੀਂ ਤੇ ਮਾਰ ਦਿੰਦਾ। ਪਰ ਦਾਤਾ ਜੀ ਦਾ ਦੂਜਾ ਪੱਖ ਹੈ ਨਾ, ਉਹ ਕਪਾਲੋ ਕਮਾਲ ਹੈ, ਯੁੱਧ ਵਿੱਚ ਵੀ ਕਿਵੇਂ ਵਿਚਰਦੇ ਹੁਣ ਆਪਾਂ ਉਹਨਾਂ ਦਾ ਦੂਜਾ ਪੱਖ ਲੈਂਦੇ ਹਾਂ। ਉਹ ਬੜੇ ਰਸਕ ਨੇ ਆਪਾਂ ਨੂੰ ਪਤਾ, ਕੀਰਤਨੀਆਂ ਨੇ ਆਪਾਂ ਨੂੰ ਪਤਾ। ਚਮਕੌਰ ਸਾਹਿਬ ਦੀ ਜੰਗ ਤੋਂ ਪਹਿਲੇ ਜਦੋਂ ਅਨੰਦਪੁਰ ਸਾਹਿਬ ਛੱਡਿਆ ਹੈ ਨਾ, ਤੇ ਰੋਪੜ ਦੇ ਕੋਲ ਹਾਲੇ ਪਹੁੰਚੇ ਸੀ, ਸਰਸਾ ਨਦੀ ਪਾਰ ਨਹੀਂ ਕੀਤੀ, ਤੇ ਉੱਥੇ ਵੀ ਦਾਤਾ ਜੀ ਨੇ ਸਵੇਰੇ 2:30 ਵਜੇ ਦਰਬਾਰ ਸਜਾ ਦਿੱਤਾ ਸੀ। ਉੱਥੇ ਤੁਸੀਂ ਪ੍ਰਸੰਗ ਪੜੋਗੇ ਨਾ ਵਿੱਚੋਂ, ਤੇ ਕਹਿੰਦੇ ਕਿ ਅਸੀਂ ਅਗਰ ਕੀਰਤਨ ਕਰਦੇ ਹਾਂ, ਅਗਰ ਬਾਣੀ ਪੜਦੇ ਹਾਂ, ਦੀਵਾਨ ਚ ਲੜਾਈ ਚ ਮਾਰੇ ਵੀ ਗਏ ਤਾਂ ਕੋਈ ਗੱਲ ਨਹੀਂ, ਕਿਉਂਕਿ ਅਸੀਂ ਕਰਨ ਕੀ ਆਏ ਹਾਂ, ਨਾਮ ਜਪਣ, ਅਸੀਂ ਲੜਨ ਨਹੀਂ ਆਏ। ਕਲਕੀਆਂ ਤੇਲੋਂ ਦੇ ਦੀਵਾਨ ਸਰ ਸੱਜ ਗਏ ਸੀ ਉੱਥੇ ਵੀ, ਐਨ ਪਿੱਛੋਂ ਮੁਸਲਮਾਨ ਫੌਜਾਂ ਦੌੜਦੀਆਂ ਆ ਰਹੀਆਂ ਨੇ, ਪਰ ਅੱਗੋਂ ਦਾਤਾ ਜੀ ਆਸਾਂ ਦੀ ਬਾਹਰ ਲਗਾ ਕੇ ਬੈਠੇ ਨੇ। ਖੈਰ ਹੁਣ ਇਸ ਤੋਂ ਅਗਲਾ ਜੋ ਉਹਨਾਂ ਦਾ ਪੱਖ ਹੈ, ਭਾਈ ਕਨਈਆ ਜੀ ਨੂੰ ਬੜਾ ਪਿਆਰ ਕਰਦੇ ਸਨ, ਤੇ ਭਾਈ ਕਨਈਆ ਜੀ ਜਿਸ ਵੇਲੇ ਆਏ ਮੈਂ ਕਹਿਣ ਲੱਗਾ ਕਿ ਮੈਨੂੰ ਵੀ ਤੁਸੀਂ ਜੰਗ ਜਾਣ ਦਾ ਹੁਕਮ ਦੇਵੋ, ਤੇ ਉਹਨਾਂ ਨੂੰ ਪਤਾ ਸੀ ਕਿ ਭਾਈ ਕਨਈਆ ਜੀ ਬੜੇ ਨਰਮ ਦਿਲ ਦੇ ਨੇ, ਕਹਿਣ ਲੱਗੇ ਠੀਕ ਹੈ ਤੁਹਾਨੂੰ ਵੀ ਮੌਕਾ ਦਿੰਦੇ ਹਾਂ। ਤਾਂ ਉਹਨਾਂ ਨੇ ਉਹਨੂੰ ਪਾਣੀ ਦੀ ਮਸ਼ਕ ਪਕੜਾ ਦਿੱਤੀ, ਦਾਤਾ ਜੀ ਨੇ ਪਾਣੀ ਦੀ ਮਸ਼ਕ ਦਿੱਤੀ, ਤੁਸੀਂ ਜੋ ਵੀ ਜ਼ਖਮੀ ਹੋ ਕੇ ਡਿੱਗੇ ਜਿਹਨੂੰ ਪਾਣੀ ਦੀ ਲੋੜ ਹੋਵੇ ਤੁਸੀਂ ਜਲ ਛਕਾ ਲੈ ਸਭ ਨੂੰ। ਚਲੋ ਭਾਈ ਕਨਈਆ ਜੀ ਦੀ ਹੁਣ ਸੇਵਾ ਲੱਗ ਗਈ, ਭਾਈ ਕਨਈਆ ਜੀ ਤਾਂ ਸੇਵਾ ਕਰ ਰਹੇ ਨੇ, ਤੇ ਕੀ ਵੇਖਦੇ ਨੇ ਕਿ ਉੱਥੇ ਤਾਂ ਹੁਣ ਕੋਈ ਵੀ ਪਾਣੀ ਮੰਗ ਰਿਹਾ ਵੀ ਤੁਲਕ ਵੀ ਮੰਗ ਰਹੇ ਨੇ, ਸਾਰੇ ਮੰਗ ਰਹੇ ਨੇ, ਤੇ ਜਿਹਨੂੰ ਵੀ ਵੇਖਣ ਜੋ ਮੰਗੇ ਪਾਣੀ ਪਿਲਾਈ ਜਾਣ। ਪਾਣੀ ਜਦੋਂ ਪਿਲਾ ਰਹੇ ਸਨ ਇੱਕ ਦਿਨ ਦੋ ਦਿਨ, ਤੇ ਹੁਣ ਬਾਕੀ ਸਿੰਘਾਂ ਨੇ ਆ ਕੇ ਸ਼ਿਕਾਇਤ ਕੀਤੀ, ਕੀ ਸ਼ਿਕਾਇਤ ਕੀਤੀ, ਕਹਿੰਦੇ ਕਲਗੀਧਰ ਦੇ ਪਾਸ ਕੋਈ ਆਪਿਆ ਸ਼ਿਕਾਇਤ ਲਗਾਵੇ, ਮਾਰ ਮਾਰ ਦੇ ਸਿੱਖ ਤੁਰਕ ਨੂੰ ਕਾਰੀ ਫਟ ਗਦ ਲਾਵੇ, ਭਾਈ ਕਨਈਆ ਤਦੋਂ ਤੁਰਕ ਨੂੰ ਪਾਣੀ ਆਨ ਪਿਲਾਵੇ, ਆਪਣਾ ਹੋ ਕੇ ਭਾਈ ਕਨਈਆ ਦੇਖੋ ਕਹਿਰ ਕਮਾਵੇ, ਉਸ ਦਾ ਕੰਮ ਹੈ ਆਪਣੇ ਲਸ਼ਕਰ ਸਿੱਖਾਂ ਨੀਰ ਪਿਲਾਣਾ, ਨਾ ਕਿ ਵੈਰੀ ਨੂੰ ਰਣ ਤੱਤੇ ਪੁੱਤਾਂ ਵਾਂਗ ਖਿਡਾਣਾ, ਰਣ ਤੱਤੇ ਦੀ ਨੀਤੀ ਮਾਰਨ ਜੋ ਜੋ ਦੁਸ਼ਮਣ ਕੋਈਏ, ਜੋ ਵੈਰੀ ਨੂੰ ਪਿਆਰ ਕਰਾਵੇ ਉਸਨੂੰ ਦੁਸ਼ਮਣ ਕਹੀਏ, ਸਦਕ ਨਹੀਂ ਬੁਰਾ ਪੁੱਛਿਆ ਸਾਰੀ ਗੱਲ ਸੁਣਾਈ, ਸੀਸ ਨਿਵਾਇਆ ਰੰਗ ਤੜੇ ਨੇ ਬਿੰਦੀ ਮੁਖੋਂ ਅਲਾਈ। ਦਾਤਾ ਜੀ ਨੇ ਜਦੋਂ ਉਹਨਾਂ ਨੂੰ ਸਾਰੀ ਗੱਲ ਸੁਣਾਈ ਤਾਂ ਉਹਨੇ ਰੰਗ ਰਤੜੇ ਨੇ ਗੁਰੂ ਜੀ ਅੱਗੇ ਸੀਸ ਨਿਵਾਇਆ, ਕਹਿੰਦੇ ਸੀਸ ਨਿਵਾਇਆ ਰੰਗ ਰਤੜੇ ਨੇ ਬਿੰਦੀ ਮੁਖੋਂ ਅਲਾਈ, ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈ, ਕਹਿੰਦੇ ਮੈਂ ਤਾਂ ਤੁਹਾਨੂੰ ਪਾਣੀ ਪਿਲਾ ਰਿਹਾ, ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈ, ਤੁਰਕ ਅਤੁਰਕ ਨਾ ਦਿਸਦਾ ਮੈਨੂੰ ਤੂੰ ਸਾਰੇ ਦਿਸ ਆਈ, ਤੁਰਕ ਅਤੁਰਕ ਨਾ ਦਿਸਦਾ ਮੈਨੂੰ ਤੂੰ ਸਾਰੇ ਦਿਸ ਆਈ, ਪਿਆਰੇ ਦੇ ਇੱਕ ਪਿਆਰ ਪਰੋਤਾ ਉਸਦੀ ਸੇਵਾ ਕਰਾਵਾਂ, ਉਸਨੂੰ ਦੇਖਾਂ ਉਸਨੂੰ ਸੇਵਾ ਪਾਣੀ ਉਹਨੂੰ ਪਿਲਾਵਾਂ, ਪਿਆਰਾ ਡੱਬੀ ਹੱਥ ਫੜਾਈ ਪਾਣੀ ਨਾਲ ਮਲਮ ਵੀ ਰੱਖੀ ਲੋੜ ਪਏ ਤਾਲਾਈ, ਹੱਸੇ ਤੇ ਗਲ ਲਾਇਆ ਪਿਆਰਾ ਡੱਬੀ ਹੱਥ ਫੜਾਈ ਪਾਣੀ ਨਾਲ ਮਲਮ ਵੀ ਰੱਖੀ ਲੋੜ ਪਵੇ ਤਾਲਾਈ, ਲੋੜ ਪਵੇ ਤਾਲਾਈ। ਵੈਰ ਨਹੀਂ ਪਰ ਸਾਨੂੰ ਵੀ ਇਹਨਾਂ ਨੂੰ ਉਜਾਗਰ ਕਰਨਾ ਚਾਹੀਦਾ। ਸੋ ਇਹ ਦਾਤਾ ਦਾ ਦੂਜਾ ਬਿਰ ਕਿ ਜਿੱਥੇ ਇੱਕ ਥਾਂ ਤੇ ਜੰਗ ਜੋਧੇ ਨੇ ਉੱਥੇ ਦੂਜੀ ਥਾਂ ਤੇ ਦਾਨਵੀਰ ਵੀ ਨੇ, ਨਰਮ ਦਿਲ ਵੀ ਨੇ, ਦੁਸ਼ਮਣ ਨੂੰ ਵੀ ਪਾਣੀ ਪਿਲਾ ਕੇ ਜੀਵਾਂ 'ਚ ਉਹਨਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਇਨਸਾਨ ਨੂੰ ਦੁਬਾਰਾ ਜਿਵਾਇਆ ਅਤੇ ਨਾਲ ਮਰਮ ਦੀ ਡੱਬੀ ਵੀ ਦਿੰਦੇ ਨੇ। ਸੋ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਦਾਤਾ ਜੀ ਮਿਹਰ ਕਰ, ਪਹਿਲੇ ਉਸ ਬ੍ਰਾਹਮਣ ਦੀ ਪਤਨੀ ਨੂੰ ਛੁਡਾਇਆ ਉਹ ਪ੍ਰਸੰਗ, ਦੂਜਾ ਭਾਈ ਕਨਈਆ ਦਾ ਪ੍ਰਸੰਗ ਕਿ ਨਾ ਕੋ ਵੈਰੀ ਨਹੀਂ ਵਿਗਾਨਾ, ਸਗਲ ਸੰਗ ਹਮਕੋ ਬਟ ਆਈ, ਗੁਜਰਾ ਕਿਸੇ ਨਾਲ ਵੀ ਪਿਆਰਾ ਡੱਬੀ ਹੱਥ ਫੜਾਈ ਪਾਣੀ ਨਾਲ ਮਲਮ ਵੀ ਰੱਖੀ ਲੋੜ ਪਏ ਤਾਲਾਈ, ਹੱਸੇ ਤੇ ਗਲ ਲਾਇਆ ਪਿਆਰਾ ਡੱਬੀ ਹੱਥ ਫੜਾਈ
ਪਾਣੀ ਨਾਲ ਮਲਬ ਵੀ ਰੱਖੀ ਲੋੜ ਪਵੇ ਤਾਂ ਲਾਈ ਲੋੜ ਪਵੇ ਤਾਂ ਲਾਈ।